ਇੱਕ ਖਾਸ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਮੇਰੇ ਇੱਕ ਦੋਸਤ ਨੇ, ਉਹਨਾਂ ਦਾ ਨਾਂ ਹੈ ਇਮਰਾਨ ਜੱਟ ਸਾਹਿਬ ਹੈ, ਜੋ ਹਟਾਉਣ ਉਹਨਾਂ ਦੀ ਰਿਹਾਇਸ਼ੀ ਪ੍ਰੋਪਰਟੀ ਦਾ ਉਹ ਕੰਮ ਕਰਦੇ ਨੇ, ਵੈੱਲ ਸੈੱਟ ਲੋਕ ਨੇ। ਇਹ ਉਹਨਾਂ ਦਾ ਸਦਕਾ ਜਾਰੀ ਆ, ਮੈਂ ਦੱਸਣ ਲੱਗਾ ਦੋਸਤਾਂ ਨੂੰ। ਅੱਜ ਤੋਂ ਬਾਅਦ ਮੈਂ ਵੈਕਸੀਨ ਤੋਂ ਵੀ ਲੋਕਾਂ ਨੂੰ ਬਚਾ ਲਵਾਂਗਾ ਕਿ ਜਿਹੜੇ ਤੁਸੀਂ ਪੈਸੇ ਵੈਕਸੀਨ ਨਾਲ ਤਾਂ ਲਾਉਂਦੇ ਹੋ ਵੈਕਸੀਨੇਸ਼ਨ 'ਤੇ, ਆਹੋ, ਉਹ ਤੁਹਾਡੇ ਪੈਸੇ ਮੈਂ ਬਚਾ ਦਿਆਂਗਾ, ਉਹਦਾ ਕੋਈ ਅਸਰ ਨਹੀਂ ਜਾਏਗਾ। ਭਾਈ ਜੀ, ਮਿੱਟੀ ਦਾ ਤੇਲ ਲੈਣਾ 3 ਢੱਕਣ, 1.5 ਲੀਟਰ ਵਾਲੀ ਬੋਤਲ ਦਾ ਪਾਣੀ ਨਾ ਭਰੋ ਅਤੇ ਦੋਰੀ 'ਚ ਪਾ ਦਿਓ, 3 ਢੱਕਣ ਉਸੇ ਬੋਤਲ ਦੇ ਮਿੱਟੀ ਦੇ ਤੇਲ ਦੇ ਪਾ ਕੇ ਮਿਕਸ ਕਰ, ਪਲੇਨ ਪਾਣੀ ਸਾਦਾ ਪਾਣੀ ਨਲਕੇ ਦਾ, 3 ਢੱਕਣ ਮਿੱਟੀ ਦੇ ਤੇਲ ਦੇ ਪਾ ਕੇ ਨਾ ਮਿਕਸ ਕਰਕੇ ਕਬੂਤਰਾਂ ਨੂੰ ਦਾਣੇ ਨਾ ਪਿਆ ਦਿਓ, ਸਾਰੀ ਜ਼ਿੰਦਗੀ ਬਿਮਾਰੀ ਨਹੀਂ ਆਏਗੀ। ਹਰ ਮਹੀਨੇ ਬਾਅਦ ਪਿਆਈ ਰੱਖੋ, ਨਾ ਤੁਸੀਂ ਪੇਟ ਸਾਫ਼ ਕਰਨ ਵਾਲੇ ਕੀੜਿਆਂ ਵਾਲੀ ਦਵਾਈ ਦਿਓ, ਨਾ ਵੈਕਸੀਨ ਦਿਓ, ਅੱਲਾਹ ਦੇ ਹੁਕਮ ਨਾਲ ਸਾਰੀ ਜ਼ਿੰਦਗੀ ਬਿਮਾਰੀ ਨਹੀਂ ਖੁੱਲੇ ਜੀ। ਇਮਰਾਨ ਜੱਟ ਸਾਹਿਬ ਵੱਲੋਂ ਸਦਕਾ ਜਾਰੀ ਹੈ, ਅਤੇ ਉਹਨਾਂ ਦਾ ਇੱਕ ਮੈਸੇਜ ਹੈ, ਉਹ ਵੀ ਮੈਂ ਦੇਣਾ ਚਾਹਾਂਗਾ। ਹੁਕਮ ਕਰੋ ਜਨਾਬ। ਕਿ ਜਨਾਬ, ਕਬੂਤਰਬਾਜ਼ੀ ਤੋਂ ਲੋਕਾਂ ਨੂੰ ਬਚ ਜਾਣਾ ਕਰੋ, ਕਬੂਤਰਬਾਜ਼ੀ 'ਚ ਉਹਨਾਂ ਨੂੰ ਲੈ ਕੇ ਤੁਰੋ, ਉਹਨਾਂ ਦਾ ਅਹਿਸਾਸ ਕਰੋ, ਉਹਨਾਂ ਦਾ ਸਾਥ ਦਿਓ, ਜੇ ਕੋਈ ਮਾੜਾ ਤਾਂ ਉਹਨੂੰ ਮਾੜੇ ਦਾ ਸਾਥ ਦਿਓ, ਤਗੜਾ ਤਗੜੇ ਦਾ ਸਾਥ ਦਿਓ, ਅਤੇ ਲਿਹਾਜ਼ਾ ਮੁਹੱਬਤਾਂ ਵੰਡੋ, ਨਫ਼ਰਤਾਂ ਨਾ ਵੰਡੋ, ਫਰਾਡ ਨਾ ਵੰਡੋ, ਧੋਖੇ ਨਾ ਕਰੋ, ਝੂਠੇ ਕੁਰਾਨ ਨਾ ਚੁੱਕੋ, ਝੂਠੀਆਂ ਕਸਮਾਂ ਨਾ ਖਾਓ। ਇਹ ਉਹਨਾਂ ਦਾ ਖਸੂਸੀ ਇੱਕ ਮੈਸੇਜ ਸੀ ਕਿ ਜਿਹੜਾ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਲਾਜ਼ਮੀ ਦੇਣਾ।